ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮੁਅਲੈਕਮ ਆਪਣਾ ਕਲਚਰ ਟੀਵੀ ਤੇ तमाम ਨਾਜ਼ਰੀਨ ਨੂੰ ਖੁਸ਼ ਆਮਦੀਦ ਮੈਂ ਤੁਹਾਡਾ ਮੇਜ਼ਬਾਨ ਬਿਲਾਲ ਹੁਸੈਨ ਗੋਂਦਲ ਜਿਸ ਤਰ੍ਹਾਂ ਕਿ ਆਪਣਾ ਕਲਚਰ ਟੀਵੀ ਹਮੇਸ਼ਾ ਆਪਣੇ ਦੋਸਤ ਬਾਬ ਦੀ ਖਿਦਮਤ ਵਿੱਚ ਅੱਛੀ ਤੋਂ ਅੱਛੀ ਵੀਡੀਓ ਲੈ ਕੇ ਆਜ਼ਰ ਹੋਵੀ ਦਾ ਖੂਬਸੂਰਤ ਮਾਲ ਮੂਸ਼ਿਤ ਕਾਵੀ ਦੀ ਡੇਰੇਦਾਰੀ ਦਾ ਨਿਜ਼ਾਮ ਜੱਟਾਂ ਨਾਲ ਮਿਲਾ ਵੀ ਦਾ ਗੱਪ ਲਾ ਵੀ ਦੀ ਜੱਟਾਂ ਨਾਲ ਇਸੇ ਤਰ੍ਹਾਂ ਅੱਜ ਬੜੇ عظیم ਜੇ ਸ਼ਖਸੀਅਤ ਜਨਾਬ ਚੂਰੀ ਮੁਹੰਮਦ ਨਵਾਜ਼ ਵੱਲ ਸ਼ੇਰ ਮੁਹੰਮਦ ਰਾਂਝਾ ਮੀਆਂਵਾਲ ਜ਼ਿਲ੍ਹਾ ਮੰਡੀ ਬਹਾਉਦੀਨ ਉਹ ਸਾਡੇ ਨਾਲ ਮੌਜੂਦ ਨੋ ਤੇ ਉਹਨਾਂ ਨਾਲ ਗੱਪਸ਼ਪ ਕਰਨ ਦੇ ਸਾਰੀ ਮਲੂਮਾਤ ਇਹਨਾਂ ਜਿਹੜਾ ਮਾਲੂਮ ਹੈ ਸੀ ਰੱਖਿਆ ਜਾਂ ਫਾਇਸ ਫੀਡ ਦੇ ਅੰਦਰ ਕਿਤਨੀ ਕਿ ਇਹ ਸਾਡੀ ਰਾਨਮਾਈ ਕਰ ਸਕਦੇ ਨੇ ਸਾਰੀ ਡਿਸਕਸ ਤੁਹਾਡੇ ਸਾਹਮਣੇ ਅਸਲਾਮੁਅਲੈਕਮ ਜੀ ਵਾਲੇਕਮੁਅਸਲਾਮ ਜਨਾਬ ਕੀ ਹਾਲ ਹੈ ਜੀ ਖੈਰੀਅਤ ਤੇ ਠੀਕ ਆ ਮੈਂ ਬਿਲਕੁਲ ਠੀਕ ਸਿਹਤ ਵੀ ਠੀਕ ਹੈ ਜੀ ਜੀ ਠੀਕ ਸਭ ਤੋਂ ਪਹਿਲਾਂ ਜਨਾਬ ਬੜਾ ਸ਼ੁਕਰੀਆ ਜਨਾਬ ਆਪਣੀ ਇਤਨੀ ਕੀਮਤੀ ਮਸਰੂਫੀਅਤ ਵਿੱਚੋਂ ਸਾਨੂੰ ਵੀ ਟਾਈਮ ਦਿੱਤਾ ਕੋਈ ਰਾਜੀ ਇਹ ਤਾਂ ਅਸੀਂ ਫਾਰਗੀਆਂ ਤੁਹਾਡੇ ਵਾਸਤੇ ਆਂ ਤੁਹਾਨੂੰ ਜੀ ਮਿਹਰਬਾਨੀ ਸ਼ੁਕਰੀਆ ਅੱਛਾ ਜੀ ਜਨਾਬੇ ਮਹਤਮਰ نواز ਸਾਹਿਬ ਦੱਸੋ ਕਿ ਇਹ ਜਿਹੜਾ ਮਾਸ਼ਾਅੱਲਾ ਤੁਸੀਂ سلسلہ ਆਪਣਾ ਜ਼ਿਮੀਂਦਾਰਾ ਕਲਚਰ ਨੂੰ ਲੈ ਕੇ ਚੱਲ ਰਹੇ ਹੋ ਇਹ ਕਦੋਂ ਦਾ ਤੁਸੀਂ ਸਟਾਰਟ ਕੀਤਾ ਹੋਇਆ ਇਹ ਖਾਨਦਾਨੀ ਆਪਣੀ ਤੁਹਾਡੀ ਹੈ ਵਿਰਾਸਤ ਚੋਂ ਦਵਨ ਮਿਲਿਆ ਹੈ ਜਾਂ ਕੀ ਥੋੜੀ ਜਿਹੀ ਗੱਲਬਾਤ ਵਾਜ ਕਰੂਗਾ ਜੀ ਜਨਾਬ ਸਾਡੇ ਪਿਓ ਦਾਦੇ ਦੀ ਹੈ ਇਹ ਕੰਮ ਸਾਰਾ ਪਹਿਲੇ ਤੋਂ ਹੀ ਜ਼ਿਮੀਂਦਾਰਾ ਮਾਲ ਮੇਸ਼ੀ ਅਸੀਂ ਨਿਕੇ ਜਿਹੇ ਜ਼ਿਮੀਂਦਾਰਾਂ ਛੋਟੇ ਜੇ ਠੀਕ ਹੈ ਲੇਕਿਨ ਮੈਂ ਇਸ ਮਾਲ ਚੋਂ ਅੱਲਾਹ ਦੀ ਮਿਹਰਬਾਨੀ ਨਾਲ ਮਰਾਹਲੇ ਕਰੋੜਾਂ ਰੁਪਏ ਕਮਾਇਆ ਅੱਛਾ ਹਕੀਕਤ ਇਹ ਬਈ ਮੈਂ 27 ਏਕੜ ਜ਼ਮੀਨ 28 ਏਕੜ ਜ਼ਮੀਨ ਮੋਲ ਲਈਏ ਇਸ ਮਾਲਮਵੇਸ਼ੀ ਚੋਂ ਮਾਲਮਵੇਸ਼ੀ ਚੋਂ ਔਰ ਸਾਰੇ ਬੰਦੇ ਆਦ ਨੇ ਖਾ ਜਾਂਦਾ ਹਮ ਮੈਂ ਨਾ ਬਈ ਇਹਦੇ ਜਿੰਨੀ ਦੌਲਤ ਹੋ ਰਹੀ ਕੋਈ ਨਹੀਂ ਔਰ ਬਿਹਤਰੀਨ ਇੱਕ ਇੱਜ਼ਤ ਹੈ ਬੰਦੇ ਦੀ ਹਮ ਮਾਲਮਵੇਸ਼ੀ ਵੇਖ ਕੇ ਬੰਦੇ ਸੜਕ ਤੇ ਲੈ ਆਉਂਦੇ ਨੇ ਯਾਰ ਇਹ ਕਿਹਦਾ ਮਾਲ ਹੈ ਕਿਹਦਾ ਮਾਲ ਔਰ ਸੜਕ ਤੇ ਗੱਡੀਆਂ ਜਾਂਦੀਆਂ ਜਿੰਤਲੇ ਤੇ ਉਹ ਪੁੱਛਦੇ ਨੇ ਬਾ ਇਹ ਮਾਲ ਕਿਹਦਾ ਹੈ ਉਹਦੇ ਜੀ ਇਹ ਆਜੀ ਮਮਨ ਨਵਾਸ ਦਾ ਵਾਹ ਇਹ ਬੰਦੇ ਇੱਥੇ ਮੇਰੇ ਕੋਲ ਆਉਂਦੇ ਯਾਰ ਇਹ ਤੁਸੀਂ ਸਾਂਭੇ ਹੋ ਹਕੀਕਤ ਨੇ ਇਹਦਾ ਤੁਸੀਂ ਪੱਟੇ ਕਿਦੋਂ ਲੈਂਦੇ ਹੋ ਕੀ ਲੈਂਦੇ ਹੋ ਅੱਲਾ ਪਾਕ ਦਿੰਦਾ ਤਾਂ ਸੀ ਨਾ ਖਵਾਈ ਹੁੰਨੇ ਆ ਕਿਤਨੇ ਇਸ ਵਕਤ ਬਾਡੇ ਕੋਲ ਸਾਰੇ ਜਾਨਵਰ ਨਾ ਗਾਵਾਂ ਬੈਸਾਂ ਵਿੱਚ तकरीबन ਮੇਰੇ ਖਿਆਲੇ ਕੋਈ 100 ਦੇ ਲਗਭਗ 80 95 ਦੇ ਹੋਣਸ ਗਿਣਿਆ ਤੇ ਕਦੀ ਨਹੀਂ ਉਹ ਜਿੰਨੇ ਅੰਦਾਜ਼ਨ ਅੰਦਾਜ਼ਨ ਮਤਲਬ ਲੈਣਾ ਕਹਿ ਇਹਦੇ ਵਿੱਚ ਬੱਕਰੀਆਂ ਸ਼ਕਰੀਆਂ ਵੀ ਬੱਕਰੀਆਂ ਵਿੱਚੇ ਪਾ ਕੇ 100 ਦੇ ਲਗਭਗ ਹੈ ਠੀਕ ਹੈ ਤੇ ਇਹ ਕਿਸੇ ਮਤਲਬ ਇਹ ਬਿਜ਼ਨਸ ਐਜ਼ ਅ ਬਿਜ਼ਨਸ ਕਿਵੇਂ ਤੁਸੀਂ ਇਤਨੀ ਪ੍ਰਾਫਿਟ ਕਮਾ ਰਹੇ ਥੋੜੀ ਵਾਜਹ ਕਰੋ ਅਸੀਂ ਇਹਦੇ ਚੋ ਇੱਕ ਤੇ ਮੈਂ ਅੱਜ ਤਿਕਨ ਛੋਟਾ ਕਟਾ ਨਹੀਂ ਵੇਚਿਆ ਠੀਕ ਹੈ ਮੇਰੀ ਜ਼ਿੰਦਗੀ ਦਾ ਰਿਕਾਰਡ ਹੈ ਪਰ ਮੈਂ ਯਾਰਾ ਯਾਰਾ ਸਾਡੇ ਇੱਕ ਟਾਈਮ ਤੇ ਵੇਚੇ ਅੱਛਾ ਸਾਂ ਛੱਡੇ ਔਰ ਸਾਂ ਛੱਡੇ ਇੱਕ ਹੀ ਹਵੇਲੀ ਚ ਰਹੇ ਰਹੇ ਬੰਦੇ ਆਣ ਕੇ ਵੇਦੇ ਆਣ ਵੇ ਛੱਡੇ ਇੱਕ ਰਹਿ ਹਕੀਕਤ ਇਹ ਮਾਨਦਾਰੀ ਨਾਲ ਮਤਲਬ ਇਨੀ ਵਾ ਅੱਛਾ ਅੱਛਾ ਮੈਂ ਇੱਕ ਤੋਂ ਦਾ ਬੰਦਾ ਉੰਜੇ ਗੱਲਾਂ ਕਰ ਤੁਹਾਡੇ ਪਾਸ ਲਾਛੀ ਜੀ ਜੀ 11 ਸੱਡੇ ਮੈਂ ਇੱਕ ਯਕਦਮ ਵੇਚੇ ਨੇ ਔਰ 21 ਵੜੇ ਚ ਵੇਚੇ ਖੁੱਲੇ ਠੀਕ ਹੈ ਕੋਈ ਇੱਕ ਦੂਸਰੇ ਨਾਲ ਕੋਈ ਜ ਨਾ ਬੱਧੇ ਹੀ ਨਹੀਂ ਠੀਕ ਹੈ ਮਤਲਬ ਸਾਰੇ ਖੁੱਲੇ ਰਹੇ ਵਿੱਚੇ ਲੱਗੇ ਫਿਰੇ ਔਰ ਬੰਦੇ ਰਹਿਣ ਹੁੰਦੇ ਨੇ ਬੜਾ ਢਾਇਆ ਨਹੀਂ ਭਿੜਦੇ ਨਹੀਂ ਲੜਦੇ ਨਹੀਂ ਠੀਕ ਹੈ ਲੇਕਿਨ ਇਹ ਇੱਕ ਵੱਡਾ ਇਹ ਜ਼ਰੀਆ ਹੋ ਗਿਆ ਬੱਚੇ ਜਿਹੜੇ ਛੋਟੇ ਨਾ ਹੋਵੇ ਜਦੇ ਵੱਡੇ ਕਰਨਾ ਮੈਂ ਹਮੇਸ਼ਾ ਸੱਡਾ ਵੇਚਨਾ ਮਤਲਬ 2 ਲੱਖ ਦਾ 2.5 ਦਾ ਹੋਰ ਇਸ ਤੋਂ ਕੀ ਕਿਸ ਤਰ੍ਹਾਂ ਤੁਸੀਂ ਬਿਜ਼ਨਸ ਕਰ ਰਹੇ ਹੋ ਉਹ ਦੁੱਧ ਦਾ ਵੇਚ ਲੈਣੇ ਸਭ ਤੋਂ ਵੱਡੀ ਤੇ ਅਸੀਂ ਆਪ ਸਿਹਤ ਮੇਰੀ ਵੇਖ ਲਓ ਮੇਰੀ 75 80 ਸਾਲ ਦੇ ਲਗਭਗ ਉਮਰ ਹੈ ਠੀਕ ਹੈ ਮੈਨੇ ਇਹ ਮੈਂ ਸਮਝਦਾ ਹਾਂ ਮੈਂ ਛੋੜਾ ਦੁੱਧ ਸ਼ੁੱਧ ਪਿੰਦੇ ਦੁੱਧ ਪਿੰਦੇ ਆਇਆ ਜੇ ਕੋਈ ਹੋਸ਼ ਵੀ ਖਾਣ ਲੱਸੀ ਪੀਂਦੇ ਦੁੱਧ ਪੀਂਦੇ ਆ ਮਤਲਬ ਬਿਹਤਰੀਨ ਖੁਰਾਕ ਖਾਣੇ ਆ ਠੀਕ ਹੈ ਮਤਲਬ ਅੱਛੀ ਜਿਹੜੀ ਅਸਲ ਹੈ ਇਹ ਬੰਦੇ ਲਬਦੀ ਨਹੀਂ ਯਾਨੀ ਕਿ ਇੱਜ਼ਤ ਵੀ ਇਹ ਗਰੇਦਾ ਵੀ ਸਰਕਟ ਚੱਲੇ ਆਮਦਨ ਵੀ ਆਮਦਨ ਵੀ ਆਮਦਨ ਦੁੱਧ ਵੀ ਵੇਚ ਲਵੋ ਦੁੱਧ ਦੀ ਵੇਚ ਲਾ ਦੂਜੇ ਨੰਬਰ ਤੇ ਮੇਰੇ ਨੌਕਰ ਹਮ ਅਸੀਂ ਅੱਜ ਤਿਕਲ ਮੇਰੇ ਨੌਕਰ ਨਸੇ ਨਹੀਂ ਠੀਕ ਹੈ ਬੰਦੇ ਦੇ ਨੌਕਰ ਨਸਦੇ ਨਹੀਂ ਬਲਕਿ ਬੜੇ ਮਤੇ ਮੇਰੇ ਕੋ ਮੁਸੱਲੀ ਬੜਾ ਲੇਬਰ ਦੇ ਈਸ਼ੂ ਬਣਿਆ ਇਹ ਕੀ ਵਜਾ ਜੀ ਕਿਉਂ ਇਹ ਵਜਾ ਇਹ ਮौज ਕਰਦੇ ਨੇ ਮौज ਕਰਦੇ ਨੇ ਇਹ ਦੁੱਧ ਕਿਉਂ ਮਤਲਬ ਇਹ ਪੀਂਦੇ ਨੇ ਹਮ ਚਪੋਂਦੇ ਜੇ ਜੋ ਕੋਈ ਕਰਦੇ ਮੈਂ ਨਹੀਂ ਡਾਫ ਕਰਿਆ ਯਾਸ਼ਿਕ ਯਾਸ਼ਿਕ ਕਰ ਗਰੀਬ ਨੂੰ ਭੁੱਖੇ ਲੱਗੇ ਕਰਦਾ ਚਲੋ ਇਹ ਸਾਹਮਣੇ ਤਾਂ ਹੱਤਾ ਨਾ ਨਹੀਂ ਦਿੰਦਾ ਤੇ ਚਲੋ ਚੋਰੀ ਖੰਦੇ ਖੰਦੇ ਦੇ ਸੰਡੇ ਖੰਦੇ ਨਾ ਮੁੱਕੇ ਜਾਂਦੇ ਤੇ ਇਸ ਵਕਤ ਕਿਤਨੀਆਂ ਗਲੇਰੀਆਂ ਮੱਝਿੰ ਤੁਹਾਡੇ ਕੋਲ ਮੱਝਾਂ ਮੱਝਾਂ ਗਾਇਨ ਦਾ ਬਾਰਾ ਹੂੰ ਤੇ 10 ਬਾਰੇ ਮੱਝੀ ਤੇ ਕੀ ਕੋਈ ਦੁੱਧ ਦੀ ਐਵਰੇਜ ਹੈ ਕਿਤਨਾ ਸਾਰਾ ਦੁੱਧ ਬਣ ਜਾਂਦਾ ਦੁੱਧ ਸੱਡਾ ਅਸੀਂ ਰ ਟੁਰਾ ਲਈ ਕੋਈ ਪੂਰਾ ਜੀ ਦੁੱਧ ਬਣਦਾ ਲੇਕਿਨ ਅਸੀਂ ਆਪਣਾ ਇੱਕ ਨਾ ਸੰ ਅਸੀਂ ਮਤਮਨ ਨਾ ਖੁਸ਼ ਰੁਪਈਆ 6-7000 ਸੰ ਨਿਤ ਲਭਿੰਦਾ ਅ 24 ਲਭ ਜਾਂਦਾ ਕੋ ਵੀ ਲ ਮਤਲੇ ਦੁੱਧਾ ਪੂਰੀ ਮੋਚ ਹੋ ਨਵਾਜ਼ੀ ਮਿਹਰਬਾਨ ਯਾ ਸ਼ੁਕਰ ਰਿਹਾ ਖਾਣ ਪੀਣ ਵੀ ਚੰਗਾ ਹੈ ਅੱਛਾ ਦੁੱਧ ਵੀ ਅਸੀਂ ਲੋਰ ਵੀ ਅਸੀਂ ਗੱਲਨੇ ਆਪਣੇ ਬੱਚਿਆਂ ਨੂੰ ਮਤਲੇ ਦੋ ਤਰੇਨ ਬੱਚੀ ਉੱਥੇ ਠੀਕ ਹੈ ਉਹਦੇ ਵੀ ਗੱਲ ਨੇ ਇੱਧੇ ਸਾਡੇ ਆਂਦੇ ਪਿੰਦੇ ਉੱਡ ਰਹੇ ਉਹ ਪੂਰਾ ਪੂਰਾ ਵਾਹ ਵਾਹ ਸੋਰਨ ਮੇਰੇ ਇੱਧੇ ਹੁਣ ਅਜੇ ਪੜ ਦਿਨ ਜਿਆਦਾ ਕੋ ਨਦੇ ਉਹਨਾਂ ਨੇ ਸੀ ਬੋਤਲਾ ਮਾਰਕ ਦੇਣੇ ਆਦਾ ਦਾ ਬੋਤਲਾ ਪਾਣ ਅੱਛਾ ਨਵਾਦ ਸਾਹਿਬ ਤੁਸੀਂ ਪਿਆ ਦਿਓ ਕਿ ਮੈਂ 27 ਏਕੜ ਰਕਬਾ ਜਿਹੜਾ ਨਾ ਉਹ ਇਸ ਮਾਲੇ ਚੁੱਕ ਲਈ ਦੀ ਉਹ ਕਿਵੇਂ ਖਰੀਦਿਆ ਥੋੜਾ ਵਾਜਾ ਕਰੋ ਖਰੀਦੇ ਐਂ ਜੀ ਬੰਮੈਂ ਜਿੱਥੋਂ ਮਿਲਦੀ ਐ ਜ਼ਮੀਨ ਠੀਕ ਹੈ ਮੈਂ ਇਹ ਨਹੀਂ ਵੇਖਿਆ ਭਾਈ ਕਿੱਥੋਂ ਵੀ ਲੱਭਦੀ ਹੂੰ ਜਿਹੜਾ ਬੰਦਾ ਮੇਰੇ ਕੋਲ ਬੰਦਿਆਂ ਨੂੰ ਪਤਾ ਹੀ ਮੇਰੇ ਕੋ ਪੈਸੇ ਠੀਕ ਐ ਇਸ ਮਾਲੇ ਦੀ ਬਿਜ਼ਨਸ ਹੈ ਨੌਕਰੀ ਮੈਂ ਕਰਦੇ ਰਿਹਾ ਬੈਂਕ ਚ ਅਭੀ ਬੈਠਾ ਠੀਕ ਐ ਛੋਟੀ ਜੀ ਨੌਕਰੀ ਹੈ ਕੈਸ਼ ਜੀ ਬਾਕੀ ਉਹ ਵੀ ਕੁਜ਼ਰੀ ਹੈ ਕੋਈ ਦੋ ਆਮਦਨਾਂੇ ਵੀ ਹੈ ਤੇ ਮੈਂ ਮਤਲਬ ਜ਼ਮੀਨ ਲਈਏ ਵੀਰਾਰ ਤੋਂ 1 ਕਿੱਟ ਵੀ ਮੈਂ ਲਈਏ ਅੱਛਾ 2000 ਤੋਂ ਕਿੱਲਾ ਮਤਲਬ 2000 ਉਸ ਵੇਲੇ ਮਣੀਏ ਸਾਡੀ ਆਮਦਨ ਵੀ ਜੱਟਾਂ ਦੀ ਹੁੰਦੀ ਆ 2000 ਤੋਂ ਵੀ ਮੈਂ ਬਿਗਾ ਲਿਆ ਉਹ ਬਾਜੀ ਬਾ ਮਤਲਬ ਮੈਂ ਆ ਵੱਡਾ ਪੁਰਾਣਾ ਹੱਥ ਪੈ ਗਿਆ ਪੁਰਾਣਾ ਹੱਥ ਪੈ ਗਿਆ ਹਾਂ ਸਿਆਣੇ ਉਹ ਤੇ ਬੰਦੇ ਕਿਹਦੇ ਕੋ ਪੈਸੇ ਨਾ ਹੁੰਦੇ ਜੀ ਉਹ ਜਿਹੜਾ ਹੁੰਦਾ ਮੈਨੂੰ ਦਾ ਬੋਲੇ ਲਾ ਠੀਕ ਹੈ ਤੇ ਜਿਸ ਬੰਦੇ ਦਾ ਮਤਲਬ ਇਹ ਮਕਾਨ ਸ਼ਾ ਨਾ ਵਿਕਦਾ ਹੋਵੇ ਜਾਂ ਕੋ ਰੋਲਾ ਰਪਾ ਹੋਵੇ ਆ ਉਹ ਵੀ ਵੇਚ ਮੜ ਕੇ ਉਹ ਵੀ ਮਹੀਨਾ ਤੇ ਆ ਬਈ ਯਾਰ ਸਾਡੀ ਲੈ ਲੈ ਮੈਂ ਦੋ ਵਾਰੀ ਫੇਰਾ ਮਾਰਾ ਤੀਜੀ ਵਾਰ ਹੁੰਦਾ ਵੇਖਿੰਦਾ ਉਹ ਪਨਾਹ ਕਾ ਖਾਉਂ ਵੀ ਨਾ ਅਬਾ ਜੀ ਮੈਂ ਹੜ ਪਨਾਹ ਕਾ ਦੱਸਦਾ ਇਹ ਤੁਹਾਡੇ ਰਾਜੇ ਇਤਨੇ ਪਨਾਹ ਕੇ ਕਿਉਂ ਮੁਲਕ ਦਾ ਡਰਦਾ ਕੀ ਗੱਲ ਹੈ ਭਾਈ ਅੱਲਾ ਦੀ ਮਿਹਰਬਾਨੀ ਸਾਡੇ ਜਿਹੜਾ ਵੱਡ ਕੇ ਵੱਡਾ ਹਨ ਪਨਾਹ ਉਹਦਾ ਨਾਂ ਅਜੇ ਵੀ ਚੱਲਦਾ ਹੈ ਅੱਛਾ ਅਸੀਂ ਤੇ ਸ਼ਾਇਦ ਖੁਦਾ ਦੀ ਕੋਈ ਨਹੀਂ ਸੀ ਨਾ ਕੁਏ ਸੀ ਤਕੜੇ ਆ ਉਹ ਜੋ ਨਾ ਉਹਦਾ ਚਲਦੇ ਉਹਦੀ ਵਜ੍ਹਾ ਸਾਨੂੰ ਸਿਰ ਵੀ ਡਰਦੇ ਤੇ ਇਹ ਦੱਸੋ ਕਿ ਅੱਜ ਕੱਲ ਖਾਸ ਕਰਕੇ ਜਿਹੜੀ ਸਾਡੀ ਇਹ ਨੌਜਵਾਨ نسل ਹੈ ਉਹ ਇਸ ਕਮੈਂਟ ਦੇਸ ਲਾਈਕ ਕਰਦੇ ਨਾ ਉਹਦਨੇ ਕਲਚਰ ਬੜਾ ਔਖਾ ਜਿਹਾ ਕੰਮ ਕੀ ਹੈ ਉਹ ਜਿਹੜੇ ਡਿਸਲਾਈਕ ਕਰਦੇ ਨਾ ਉਹ ਇਹ ਮਤਲਬ ਇਹ ਸੌਂਦੇ ਨੇ ਰਾਤੀ ਛਿਰਕੇ ਜੀ ਤੇ ਉੱਠਦੇ ਨੇ 11 ਵਜੇ 11 ਵਜੇ ਉੱਠਣ ਉਹਨਾਂ ਨਾਲ ਗਾਲਾਂ ਕਿਹੜੀ ਕੱਢ ਆ ਅਸੀਂ ਉੱਠਨੇ ਨਮਾਜ਼ ਨਮਾਜ਼ ਪੜੀ ਮਾਲੇ ਕੋਲ ਗਿਆ ਨੌਕਰਾਂ ਨੂੰ ਉਠਾਇਆ ਕਿਸ ਨੇ ਉਠਾਇਆ ਸੁੱਤੇ ਪੈਨ ਬਾਅਦ ਦੇ ਕਰ ਲੈ ਅੱਜ ਕਰ ਲੈ ਅੱਜ ਕਰ ਲੈ ਹਮ ਠੀਕ ਇਹ ਮਤਲਬ ਹੈ ਨਿਰ ਸੌਣੇ ਨਾਲ ਕੰਮ ਨਹੀਂ ਹੁੰਦਾ ਇਹ ਕੋਈ ਕਰਨੇ ਨਾਲ ਹੁੰਦਾ ਦੂਜੇ ਬੰਦੇ ਦੀ ਸਿਹਤ ਬਿਹਤਰੀਨ ਰਹਿੰਦੀ ਚੱਲਦਾ ਫਿਰਦਾ ਰਹੇ ਫਰੈਸ਼ ਰਹਿੰਦਾ ਫਰੈਸ਼ ਰਹਿੰਦਾ ਮਾਲੇ ਕੋਲ ਹੀ ਦੋ ਗਿਆ ਇੱਧੇ ਗਿਆ ਇੱਧੇ ਗਿਆ ਹਮ ਠੀਕ ਤੇ ਇਹ ਦੱਸੋ ਇਸ ਮਾਲੇ ਵਾਸਤੇ ਕਿਤਨੀ ਜਿਹੜੀ ਜ਼ਮੀਨ ਤੁਸੀ ਦਰਖਾਸਤ ਜੀ ਦੇ ਵਿੱਚ ਇਹਨਾਂ ਦਾ ਚਾਰਾ ਸ਼ਰਾ ਹੋ ਜਾਂਦਾ ਅਸੀਂ ਜਿਹੜੀ ਨੇ ਇੱਥੇ ਮੇਰੇ ਕੋਲ 22 ਕਿੱਲੇ ਜ਼ਮੀਨ ਹੈ 22 ਕਿੱਲੇ ਇੱਥੇ ਦੂਜੀ ਮੇਰੀ ਉਹਦੇ ਕੋਈ ਬੁੱਕਣ ਮਾਲੀ ਟੋਟਾ ਰਕਬਾ ਕਿਤਨਾ ਟੋਟਲ ਮੇਰਾ ਮਤੇ ਸਾਡੇ ਕੋਲ ਦਦੇ ਮਾਲ ਕੀ ਹੈ ਹੀ ਕੋਈ ਨਾ ਬਾਈ ਕੋਈ ਮਤਲਬ ਇੱਕ ਵਿਗਾਈ ਠੀਕ ਹੈ ਦੂਜੀ ਮੋਲ ਹੀ ਖਰੀਦੀ ਆ ਸਾਰੀ ਮੋਲ ਖਰੀਦੀ ਉਹ ਵੀ ਮਾਲੇ ਚ ਤੇ ਮਾਲੇ ਚੋਂ ਖਰੀਦੀ ਮੈਂ ਆਪ ਵਾਹ ਭਾਈ ਵਾਹ ਮਤਲਬ ਮੇਰੀ ਆਪਣੀ ਜ਼ਿੰਦਗੀ ਚ ਮੈਂ ਖਰੀਦਦਾ ਥੋੜੀ ਥੋੜੀ ਕਰਕੇ ਅੱਲਾ ਦੀ ਮਿਹਰਬਾਨੀ ਨਾਲ ਹੁਣ ਮੇਰੇ ਨਾਂ ਉਨਤੀ ਕਿੱਲੇ ਜ਼ਮੀਨ ਹੈ ਠੀਕ ਹੋ ਗਿਆ ਇਹ ਜਿਹੜੇ ਹੁਣ 22 ਕਿੱਲੇ ਇੱਥੇ ਰਕਬਾ ਤੁਹਾਡੇ ਕੋਲ ਇਹ ਇਸ ਮਾਲੇ ਦਾ ਪੱਟਾ ਦਿੱਤਾ ਤੇ ਆਪਣੀ ਕੋ ਕਨੈਕਸ਼ਨਕ ਹੋ ਜਾਂਦੀ ਹੈ ਜੀ ਜੀ ਕਣਕ ਹੋਗੀ ਉਹ ਵੀ ਨਨ ਮਨੋਂ ਅਸੀਂ ਪਾਛਣਨੇ ਕਣਕੇ ਦੇ 7-8 ਕਿੱਲੇ ਜੇ ਨਾਲ ਸਾਡੀ ਬਚਤ ਆ ਜਾਂਦੀ ਹੈ ਉਹ ਵੀ ਅਸੀਂ ਮੱਲੇ ਨਹੀਂ ਖਵਾ ਚਣਨੇ ਅਸੀਂ ਵੇਚ ਹੀ ਨਹੀਂ ਕਦੀ ਠੀਕ ਹੈ ਮਤਲਬ ਇਹਨਾਂ ਚਾਰਾ ਉਹਨਾਂ ਦਾ ਵੰਡਾ ਬਣਾ ਲਿਆ ਠੀਕ ਹੈ ਮਰੋਲੇ ਪਾਛਣਨੇ ਹਾਂ ਜਿਉਂ ਜਿਉਂ ਵੰਡੇ ਚ ਕਿ ਕਣਕ ਪਾਉਂਦੇ ਹੋ ਵੰਡੇ ਚ ਅਸੀਂ ਕਣਕ ਹੀ ਪਾਉਂਨੇ ਆਉਣ ਵੀ ਅਸੀਂ ਆਟਾ ਹੀ ਪਾਉਂਨੇ ਆ ਜਿਉਂ ਵੀ ਮਤਲਬ ਠੀਕ ਹੈ ਮਤਲਬ ਹੈ ਕਣਕੇ ਦੇ ਪਾਉਂਦੇ ਕਣਕੇ ਦੀ ਪਾਉਂਦੇ ਹੋਰ ਕੋਈ ਵੰਡਾ ਚਿੰਦੇ ਹੋਰ ਵੰਡਾ ਬਤੇਰਾ ਪਾਉਂਦੇ ਆ ਪਰ ਲੇਕਿਨ ਖਾਲ ਕੰਮੇ ਦੀ ਕੋਈ ਨਹੀਂ ਦੂਜਾ ਵੰਡਾ ਬਹੁਤ ਹੀ ਮਾਗਾ ਦੀ ਆ ਹਰ ਕਿਸਮ ਦਾ ਜਿਹੜਾ ਇਹ ਬਿਹਤਰ ਹੈ ਇਹ ਬਿਹਤਰ ਨਾ ਅਸਲ ਚੀਜ਼ ਹੈ ਹਾਂ ਜੀ ਅਸਲ ਚੀਜ਼ ਹੈ ਦੂਜੀ ਨਕਲੀ ਹੁੰਦੀ ਹੈ ਕੋਈ ਪਤਾ ਨਹੀਂ ਉਹ ਕੀ ਹੈ ਕੀ ਨਹੀਂ ਖਾਲ ਤੇ ਮਜੀ ਖਾਨੀ ਕੋਈ ਨਹੀਂ ਠੀਕ ਹੈ ਠੀਕ ਹੋ ਗਿਆ ਇਹ ਅਸੀਂ ਪੋਨੇ ਆ ਤੇ ਇਹਦੇ ਨਾਲ ਕੀ ਦੋ ਛੋਟ ਜਿਹੜਾ ਮਜੀ ਠੀਕ ਦੇਣੀ ਹੈ ਗੰਧਮ ਦੇ ਅਸੀਂ ਦਰ ਅੱਗੇ ਦੱਸਿਆ ਘਰੇਲੋ ਸਕੇ ਗੱਲ ਸਜਣ ਦੀ ਨਹੀਂ ਰਹਿੰਦੀ ਮਤਲਬ ਅਸੀਂ ਕਦੀ ਨਹੀਂ ਵੇਖਿਆ ਘੱਟੇ ਘਾਟੇ ਤੇ ਨਾਫਾ ਤੁਸੀਂ ਜੱਟ ਤੇ ਬੜੇ ਖਲੇਜੇ ਵਾਡੇ ਅੰਦਰ ਕੀ ਦੁੱਧ ਪੀ ਵੀ ਕੀ ਦੁੱਧ ਪੀ ਬੇ ਅਸੀਂ ਕਸਮੇ ਕਦੀ ਨਹੀਂ ਵੇਖਿਆ ਕਿਤਨੀ ਸਾਰਨ ਬੱਚੇ ਤੇ ਕੀ ਬਚਦਾ ਕੀ ਨਹੀਂ ਬਚਦਾ ਪਰ ਸਾਡਾ ਸਰਕਟ ਅੱਲਾ ਪਾਕ ਚਲਾਇਆ ਬੜੇ ਚਲੇ ਬੜੇ ਚਲੇਸ ਮਾਲੇ ਤੇ ਚਲੇ ਆ ਠੀਕ ਹੈ ਤੇ ਬਾਕੀ ਕੋਈ ਸਲੇ ਸਲੇ ਜੀ ਪਉਂਦੇ ਹੋ ਨਹੀਂ ਅਸੀਂ ਆਮ ਜਿਗਣਾ ਜ਼ਿੰਮੇਦਾਰਾਂ ਦਾ ਚਾਰਾ ਨਹੀਂ ਹੁੰਦਾ ਅੱਛਾ ਸਾਵਾ ਪੱਠਾ ਠੀਕ ਹੈ ਉਹੀ ਪਉਂਦੇ ਆ ਤੇ ਦੱਸੋ ਇਹ ਸਾਰਾ ਕੰਮ ਜਿਹੜਾ ਇਹਦੇ ਅੰਦਰ ਖੁਸ਼ ਹੋ ਮੈਂ ਬੜਾ ਮਤਮਨ ਅੱਲਾਹ ਪਾਕ ਦੀ ਮਿਹਰਬਾਨੀ ਬੜੀ ਚੋਕੀ ਚੋਕੀ ਠੀਕ ਹੈ ਔਰ ਜੇ ਤੇ ਮੈਂ ਆਪਣੇ ਮਾਲਕ ਕੋਲ ਪੰਨ ਨਾ ਜਾਂ ਮੈਂ ਕਿੰ ਕਿੰ ਵਾਰੀ ਮੈਂ ਚੁਗੋਂਦਾ ਵੀ ਮਜੀ ਅੱਛਾ ਸੜਕੇ ਤੇ ਤੇ ਬੰਦੇ ਆ ਜੇ ਤੂੰ ਮਜੀ ਨਾਲ ਤੂੰ ਆਈ ਮਸੱਲੀ ਕਿਦ ਮੈਂ ਕਹਾਂ ਮੇਰਾ ਇੱਕ ਆਪਣਾ ਸ਼ੌਕ ਹੈ ਆਪਣਾ ਸ਼ੌਕ ਹੈ ਮੇਰਾ ਇੱਕ ਪਿਆਰ ਹੈ ਮਜੀ ਨਾਲ ਤੇ ਮਜਾ ਆਦਾ ਜੇ ਇਹ ਜਿਹੜਾ ਮਾਲਮੂ ਵੇਸ਼ੀ ਹੈ ਇਹਦੇ ਵਿੱਚ ਮਾਲਕ ਨਾ ਹੋਵੇ ਤੇ ਕੀ ਜਹਾਦਰਿਆ ਰਹਿੰਦਾ ਨਹੀਂ ਰਹਿੰਦਾ ਨਹੀਂ ਰਹਿੰਦਾ ਇਹ ਮੇਰਾ ਇੱਕ ਮਸੱਲੀਆ ਮੇਰੀ ਅਕਸਰ ਆਦਤ ਗਾਲ ਕੱਢਣੇ ਉਸ ਲਈ ਜੀ ਠੀਕ ਹੈ ਉਹ ਉਸ ਮੈਨਾ ਜੀ ਮਦਰ ਰੰਦਾ ਹੈ ਇਸ ਮੈਂ ਗਾਲ ਨਹੀਂ ਲੈਣੀ ਆ ਠੀਕ ਹੈ ਮੈਂ ਕਿਹਾ ਬਗਾਲ ਨਹੀਂ ਕੱਢਦਾ ਮੈਂ ਹਮ ਕੰਮ ਤੂੰ ਜੇ ਗਾਲ ਕੱਢੇ ਤੇ ਸਵਾਦ ਨਾ ਆਇਆ ਦਸੀ ਮੈਨਾ ਜੀ ਗਾਲ ਹੀ ਕੀ ਸਵਾਦ ਹੈ ਅੱਛਾ ਮੈਂ ਬੈਂਕ ਚ ਨੌਕਰੀ ਕਰਦਾ ਹਾਂ 1 ਵਜੇ ਮੈਂ ਨਰਾ ਮਾਰਦਾ ਹਾਂ ਠੀਕ ਹੈ ਮਤਲਬ 1 ਵਜੇ ਮੈਂ ਕੈਸ਼ ਬੰਦ ਕਰਨੀ ਨਾ ਤੇ ਮੈਂ ਦੂਜਾ ਕੰਮ ਕਰੀ ਨਾਲ ਕੀਤਾ ਮੈਂ ਕੋਈ ਥੋੜਾ ਜਿਹਾ ਆਪਣੀ ਯੋ ਲੋਤ ਵੀ ਕੰਮ ਲਿੰਦਾ ਮੈਨੇਜਰ ਨਮਰਦ ਬਸ ਮੇਰਾ ਹੀ ਕੰਮ ਹੈ ਮੈਂ ਛੁੱਟੀ ਕਰ ਬਸ ਰਾਜ ਦਾ ਜਵਾਬ ਹੈ ਮੈਂ ਜਾਵਾਂ ਮੈਂ ਚੱਲੀ ਹਾਂ ਕੈਸ਼ ਨਾਲੇ ਵੀ ਦੱਸੇ ਮਿਹੜਾ ਨੋ ਮਿਹੜਾ ਇਹ ਜਲੁੰਡਾ ਲੋਕ ਨਾ ਸੁਣੇ ਕੈਸ਼ ਬੰਦ ਕਰਨੀ ਮੈਂ ਆਵਣਾ ਮੈਂ 1 ਵਜੇ ਆ ਗਰਮੀਆਂ ਦਾ ਮੌਸਮ ਆ ਜੀ ਕੱਟੇ ਮੇਰੇ ਆਂਦਾ 12 ਵੱਡੇ ਵੱਡੇ ਠੀਕ ਹੈ ਤੁਮ ਸਦੀਨ ਮਾ ਨਾ ਮਿਰਚਾ ਪਾਣੀ ਲਾਈ ਅੱਛਾ ਉਹ ਜਿਲ੍ਹਾ ਵਾਲਿਆ ਹਾਂ ਤੇ ਜ਼ਿਮੀਦਾਰ ਤੋਂ ਨਹੀਂ ਨਾ ਜਿਹੜਾ ਬਜ਼ਾਦਾ ਪੁੱਤਰ ਜਿਹੜਾ ਹੈ ਉਹਨੂੰ ਪਤਾ ਨਹੀਂ ਲੱਗੇ ਬਲਾਇਆ ਹੋਇਆ ਹੈ ਬਾ ਪਾਣੀ ਜਾਨਵਰ ਪੀਤਾ ਹੈ ਕਿ ਨਹੀਂ ਪੀਤਾ ਨਹੀਂ ਪੀਤਾ ਤੇ ਮੈਂ ਉਹਨਾਂ ਆ ਕੇ ਨਾਲ ਖਾਲ ਪਿਆ ਵੰਦਾਈ ਉਹ ਸਾਰੇ ਕੱਟੇ ਬੜੇ ਉਹਨਾਂ ਸ਼ੁਕਰ ਕਿ ਨਸਕ ਬੜੇ ਬੜਾ ਪਾਣੀ ਪੀਤਾ ਹਾਂ ਯਾ ਮਿਰਜਾਜ ਵਰੀ ਆ ਗਈ ਆ ਮੈਂ ਆ ਕੇ ਤੇਰੀ ਜੇਗੇ ਨਹੀਂ ਕਿਉਂ ਚੂੜਿਆ ਚੂੜਿਆ ਦੋਸਰਾ ਘਾਈ ਘੜ ਦਸਦਾ ਆਦਾ ਜੀ ਤੁਸੀਂ ਸੱਚੇ ਗੋਲ ਵੀ ਸਹੀ ਹੈ ਸਵਾਦ ਆਇਆ ਸਵਾਦ ਆਇਆ ਤਸੂਰ ਵੀ ਕਸੂਰ ਵੀ ਮੇਰਾ ਬਈ ਮੈਂ ਜੇ ਪਰ ਹੁਣ ਵੀ ਮੈਂ ਲਾਇਆ ਮੈਂ ਅਜ ਨਹੀਂ ਲੱਗਿਆ ਕਿ ਮੈਂ ਉਧਰ ਲਗਾ ਫਿਰ ਕੰਮ ਜ ਗਿਆ ਹੁਣ ਮੈਂ ਲਾ ਲਿਆ ਉਹਣਾ ਚਾਹ ਸਹੀ ਹੈ ਬੜੀ ਚੰਗਾ ਹੈ ਉਹ ਉਹ ਮਲਸ ਜਬਰਦਾੰਦਾ ਜੀ ਬਾਕੀ ਮੈਂ ਹੈ ਤੁਸੀਂ ਹੋ ਸੱਚੇ ਆ ਪਾਣੀ ਤੇ ਮੈਂ ਹੁਣ ਪੀ ਲਿਆ ਚਲੋ ਹਸੈਨ ਹੋ ਗਿਆ ਨਾ ਬਾਤ ਨਾ ਕਿ ਗਾਲ ਇੱਕ ਹੋ ਗਿਆ ਅੱਛੇ ਦੱਸੋ ਸਾਡੇ ਦੋਸਤ ਆਬਨੋ ਫਾਰਮਰ ਨੂੰ ਇਸ ਫੀਲਡ ਦੇ ਅੰਦਰ ਕੋ ਤੁਹਾਡੇ ਕੋਲ ਮਜ਼ੀਦ ਰਾਹਮਾਈ ਹੋਵੇ ਕਿ ਕੰਮ ਕਿਸਾ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਇਹ ਹੁਣ ਦੀ ਜਿਹੜਾ ਇਹਨਾਂ ਕਲਚਰ ਜੀ ਇਹਨੇ ਪਸੰਦ ਨਹੀਂ ਕਰਦੇ ਔਰ ਮੇਰੇ ਕੋਲ ਕਈ ਵਾਰੀ ਬੰਦੇ ਉੱਤੇ ਖਾ ਗਏ ਨੇ ਤੇਰਾ ਕੀ ਤਿੰਨ ਬਚਤ ਦੇ ਕੀ ਖਾ ਗਈਏ ਮਾਲ ਤੇਰਾ ਖਾ ਜਾਂਦਾ ਹਿਸਾਬ ਕਰ ਜੀ ਹਿਸਾਬ ਕਿਥੇ ਆ ਅੱਗੇ ਦੰਦਰ ਸੇ ਹਿਸਾਬੇ ਨਾਲ ਨਹੀਂ ਰੰਦਾ ਮਾਲ ਬਹਰ ਕੰਮ ਚੱਲੇ ਉਹਨਾਂ ਵੇਖੋ ਨੋ ਜਨਾਬੇ ਮੋਤਰਮਾ ਦੋੱਡੇ ਕੋਲ ਜਿੱਤਨਾ ਮਾਲ 100 700 2.5 ਕਰੋੜ ਦਾ ਮਾਲ ਖੜਾ ਆ। ਅੱਲਾ ਨਾ ਕਰੇ ਕੋਈ ਬੰਦਨ ਜ਼ਰੂਰਤ ਪੈ ਜੰਦੀ 2-4 ਡਾਗਾ ਬੰਦ ਨਹੀਂ ਹੁਣ ਮੈਂ ਮਤਲਬ 8-10 ਲੱਖ ਦਾ ਮਾਲ ਵੇਚਿਆ ਹੁਣ ਆ ਵੇਖ ਲੋ ਸਾਲੇ ਦੇ ਦਾਣੇ ਨਹੀਂ ਬਣ ਗਏ। ਸਾਲੇ ਦੇ ਦਾਣੇ ਬਣ ਗਏ। ਦੂਜਾ ਸਹੀ ਵੀ ਨਹੀਂ ਹੁੰਦਾ ਵਿੱਚੋਂ ਕੋਈ। ਉਹਤਨੀ ਕੋਤਨੀ ਕੋਤਨੀ ਠੀਕ ਹੈ। ਅੱਲਾ ਕਰਨਾ ਮੋਣਾ 8000 ਰਾਲ ਵਣੀਆਂ ਨਵੀਆਂ। ਵਾਹ ਜੀ ਵਾਹ। ਜਨਾਬ ਬੜਾ ਮਜ਼ਾ ਆਇਆ ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ। ਅਕਸਰ ਜਿਹੜੀਆਂ ਗਾਂਈ ਬੱਚੇ ਬੱਚੇ ਗਾਂਈ ਨਰਮਾਇਸ਼ ਤੇ ਦਿੱਤੇ ਹੋਣ। ਹਮ। ਉਹ ਵੀ ਮੇਰਾ ਮਤਲਬ ਹੈ 12 ਜਨਵਰੀ 15 ਮੈਂ ਰਿਸਤੇ ਤੇ ਵੀ ਦਿੱਤੇ ਚੰਗਾ ਲੰਮਾ ਕੰਮ ਕੀਤਾ ਲੰਮਾ ਕੰਮ ਕੀਤਾ ਠੀਕ ਹੈ ਚਲੋ ਉਹਨਾਂ ਵਿਚਾਰਿਆਂ ਦਾ ਸਰਕਟ ਚੱਲਿਆ ਤੁਹਾਡਾ ਵੀ ਅੱਲਾਹ ਦੀ ਜਾਨ ਬਿਹਤਰ ਜਾਣੇ ਸ਼ੁਕਰੀਆ ਨਵਾਲ ਸਾਹਿਬ ਬਹੁਤ ਜਨਾਬ ਮਿਹਰਬਾਨੀ ਬੜੀ ਮਿਹਰਬਾਨੀ ਤੁਹਾਡੀ ਵੀ ਤੁਸੀਂ ਟਾਈਮ ਦਿੱਤਾ ਜਿਸ ਤਰ੍ਹਾਂ ਹੀ ਦੋਸਤ ਬਾਪ ਦੀ ਖਿਦਮਤ ਵਿੱਚ ਬੜੀ ਇੱਕ ਕਮਾਲ ਦੀ ਪੂਰੀ ਚਾਤ ਸਾਈ ਹੈ ਕਿ ਨਾ ਆਈ ਆਂ ਆਂ ਦੇ ਜੱਟ ਜਿਹੜੇ ਨੇ ਘਾਟ ਹੀ ਲੱਭਦੇ ਨੇ ਇਨਸ਼ਾ ਅੱਲਾਹ ਤਾਲਾ ਇਸ ਤੋਂ ਵੀ ਦੁਬਾਰਾ ਅੱਛੀ ਵੀਡੀਓ ਦੇ ਨਾਲ ਮਿਲਾਂਦੇ ਉਮੀਦ ਕਰਦੇ ਹਾਂ ਦੋਸਤ ਵੀਡੀਓ ਨੂੰ ਪਸੰਦ ਕਰਨ ਦੇ ਵੀਡੀਓ ਅੱਛੀ ਲੱਗੀ ਲਾਈਕ ਕਰਨਾ ਕਮੈਂਟ ਵਿੱਚ ਫੀਡਬੈਕ ਤੋਂ ਲਾਜ਼ਮੀ ਗਾ ਕਰਨਾ ਚੈਨਲ ਨੂੰ ਵੀ ਕਿਸੇ ਵੇਲੇ ਸਬਸਕ੍ਰਾਈਬ ਕਰ ਛੱਡਿਆ ਕਰੋ ਕੋਈ ਵੀ ਗੱਲ ਮੰਨਿਆ ਕਰੋ ਤੇ ਇਨਸ਼ਾ ਅੱਲਾਹ ਤਾਲਾ ਦੁਬਾਰਾ ਨਵੀਂ ਇਸ ਤੋਂ ਅੱਛੀ ਵੀਡੀਓ ਦੇ ਨਾਲ ਹਾਜ਼ਰ ਹੋਵਾਂਗੇ ਇਸ ਦੇ ਨਾਲ ਆਪਣੇ ਮੇਜ਼ਬਾਨ ਬਿਲਾਲ ਹੁਸੈਨ ਨੂੰ ਦਿਓ ਇਜਾਜ਼ਤ ਅੱਲਾ ਹਾਫਿਜ਼